ਸਰਕਾਰ ਨੇ ਭ੍ਰਿਸ਼ਟਾਚਾਰੀ ਦੇ ਖਿਲਾਫ ਇੱਕ ਹੋਰ ਵੱਡਾ ਕਦਮ ਚੁੱਕਿਆ ਜਿहां ਇੱਕ ਵੱਡੀ ਕਾਰਵਾਈ ਕਰ ਦਿੱਤੀ ਹੈ ਦੱਸਦੀ ਕਿ ਇੱਕ ਈਮੇਲ ਜਾਰੀ ਕਰ ਦਿੱਤੀ ਗਈ ਹੈ ਰੀਅਲ ਅਸਟੇਟ ਡਿਵੈਲਪਰਾਂ ਤੋਂ ਜੇ ਕੋਈ ਰਿਸ਼ਵਤ ਮੰਗਦਾ ਹੈ ਤਾਂ ਉਸ ਈਮੇਲ ਦੇ ਜ਼ਰੀਏ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਜੀ ਹਾਂ ਹੁਣ ਵੱਖ-ਵੱਖ ਵਿਭਾਗਾਂ ਦੇ ਵਿੱਚ ਵੀ ਸਖਤੀ ਵਰਤੀ ਜਾ ਰਹੀ ਹੈ ਬੜੇ ਲੰਬੇ ਸਮੇਂ ਤੋਂ ਇੱਕ ਦੀ ਸ਼ਿਕਾਇਤ ਜਿਹੜੀ ਆ ਉਹ ਰੀਅਲ ਏਸਟੇਟ ਦੇ ਨਾਲ ਜੁੜੀ ਹੋਈ ਰੀਅਲ ਏਸਟੇਟ ਦੇ ਮੁੱਦਿਆਂ ਦੇ ਨਾਲ ਜੁੜੀ ਹੋਈ ਮਿਲਦੀ ਸੀਗੀ ਸੋ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਾਨ ਸਰਕਾਰ ਨੇ ਵੱਲੋਂ ਮਾਨ ਸਰਕਾਰ ਵੱਲੋਂ ਇਸ ਦੇ ਉੱਪਰ ਵੀ ਨਕੇਲ ਕੱਸ ਦਿੱਤੀ ਗਈ ਹੈ ਇੱਕ ਵੱਡਾ ਉਪਰਾਲਾ ਕਰ ਦਿੱਤਾ ਗਿਆ ਹੈ ਈਮੇਲ ਜਾਰੀ ਕੀਤੀ ਗਈ ਹੈ ਤੁਹਾਨੂੰ ਈਮੇਲ ਵੀ ਦੱਸਦੇ ਆ ਉਸ ਈਮੇਲ ਦੇ ਜ਼ਰੀਏ ਤੁਸੀਂ ਆਪਣੀ ਸ਼ਿਕਾਇਤ ਜਿਹੜੀ ਹੈ ਉਹ ਭੇਜ ਸਕਦੇ ਹੋ ਜੇ ਕੋਈ ਵੀ ਰੀਅਲ اسٹیਟ ਡਿਵੈਲਪਰਾਂ ਤੋਂ ਪੈਸੇ ਮੰਗਦਾ ਹੈ ਕਿਸੇ ਸਬੰਧੀ ਰਿਸ਼ਵਤ ਮੰਗਦਾ ਹੈ ਕੋਈ ਸਰਟੀਫਿਕੇਟ ਬਣਾਉਣ ਨੂੰ ਕੋਈ ਐਨਓਸੀ ਦਿਵਾਉਣ ਨੂੰ ਤਾਂ ਉਹ ਹੁਣ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਈਮੇਲ ਆਈਡੀ ਬਣਾ ਦਿੱਤੀ ਗਈ ਹੈ transparency.hud@gmail.com ਜੇ ਕੋਈ ਵੀ ਰੀਅਲ اسٹیਟ ਡਿਵੈਲਪਰਾਂ ਤੋਂ ਪੈਸੇ ਮੰਗਦਾ ਹੈ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਸਿੱਧਾ ਇਸ ਈਮੇਲ ਦੇ ਉੱਪਰ ਸੰਪਰਕ ਕਰ ਸਕਦੇ ਹੋ ਆਪਣੀ ਸ਼ਿਕਾਇਤ ਜਿਹੜੀ ਹੈ ਉਹ ਟਾਈਪ ਕਰਕੇ ਤੇ ਈਮੇਲ ਕਰ ਸਕਦੇ ਹੋ ਸਿੱਧਾ ਪੰਜਾਬ ਸਰਕਾਰ ਦੇ ਕੋਲੇ ਸ਼ਿਕਾਇਤ ਜਾਏਗੀ ਹੁਣ ਜਿਹੜੇ ਕਹਿੰਦੇ ਆ ਰੀਅਲ ਏਸਟੇਟ ਡਿਵੈਲਪਰ ਕੇ ਸਾਨੂੰ ਤੁਮਕਾਇਆ ਜਾਂਦਾ ਹੈ ਸਾਡੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਐਨਓਸੀ ਦਿਵਾਉਣ ਦੇ ਲਈ ਕੋਈ ਕਲੀਅਰੈਂਸ ਸਰਟੀਫਿਕੇਟ ਦਿਵਾਉਣ ਦੇ ਲਈ ਤਾਂ ਉਹ ਹੁਣ ਤੁਹਾਨੂੰ ਤੁਮਕਾਇਆ ਡਰਾਇਆ ਨਹੀਂ ਜਾਵੇਗਾ ਤੁਸੀਂ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਪਹਿਲ ਦੇ ਆਧਾਰ ਤੇ ਤੁਹਾਡੀ ਸ਼ਿਕਾਇਤ ਜਿਹੜੀ ਹੈ ਉਹਦਾ ਨਿਪਟਾਰਾ ਜੁੜਿਆ ਉਹ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਮੰਤਰੀ ਖਰਦੀਪ ਸਿੰਘ ਮੁੰਡਿਆ ਨੇ ਕਨਫੈਡਰੇਸ਼ਨ ਆਫ ਕੋਲੋਨਾਈਜ਼ਰ ਨਾਲ ਮੀਟਿੰਗ ਕੀਤੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤੇ ਪਹਿਲਾ ਕੈਂਪ 16 ਅਕਤੂਬਰ ਨੂੰ ਲਗਾਇਆ ਜਾਵੇਗਾ ਜੁੜਾ ਕੈਂਪ ਦੁਪਹਿਰ 3 ਵਜੇ ਪੰਜਾਬ ਚੰਡੀਗੜ੍ਹ ਭਵਨ ਦੇ ਵਿੱਚ ਲਗਾਇਆ ਜਾਵੇਗਾ ਔਰ ਰੀਅਲ ਏਸਟੇਟ ਡਿਵੈਲਪਰਾਂ ਦੀਆਂ ਲਗਭਗ ਜਿਹੜੀਆਂ ਪੈਂਡਿੰਗ ਸ਼ਿਕਾਇਤਾਂ ਨੇ ਜਾਂ ਪੈਂਡਿੰਗ ਕਹ ਲਈਏ ਕੰਮ ਪਏ ਨੇ ਉਹ ਪੈਂਡਿੰਗ ਕੰਮਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ 60 ਦੇ ਕਰੀਬ ਪੈਂਡਿੰਗ ਕੰਮਾਂ ਦਾ ਨਿਪਟਾਰਾ ਹੋਵੇਗਾ ਔਰ ਦੂਸਰਾ ਕੈਂਪ ਨਵੰਬਰ ਦੇ ਵਿੱਚ ਲਗਾਇਆ ਜਾਵੇਗਾ ਤਾਂ ਜਿਹੜੀਆਂ ਇਲੀਗਲ ਕਲੋਨੀਆਂ ਨੇ ਅਣਅਧਿਕਾਰਿਤ ਕਲੋਨੀਆਂ ਨੇ ਉਹ ਵੀ ਧਿਆਨ ਦੇ ਨਾਲ ਸੁਣ ਲੋ ਉਹਨਾਂ ਦੇ ਖਿਲਾਫ ਵੀ ਵੱਡੀ ਕਾਰਵਾਈ ਜਿਹੜੀ ਹੈ ਉਹ ਹੁਣ ਹੋਵੇਗੀ ਤਾਂ ਇੱਕ ਵੱਡਾ ਕਦਮ ਚੁੱਕਿਆ ਗਿਆ ਇੱਕ ਈਮੇਲ ਜਾਰੀ ਕਰ ਦਿੱਤੀ ਗਈ ਹੈ siaman@transparency.hud@gmail.com ਜੇ ਕੋਈ ਵੀ ਰੀਅਲ اسٹیਟ ਡਿਵੈਲਪਰਾਂ ਤੋਂ ਪੈਸੇ ਮੰਗਦਾ ਹੈ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਆਪਣੀ ਸ਼ਿਕਾਇਤ ਜਿਹੜੀ ਹੈ ਉਹ ਇਸ ਈਮੇਲ ਦੇ ذریعے ਫਾਰਵਰਡ ਕਰ ਸਕਦੇ ਹੋ ਤੁਰੰਤ ਉਸ ਸ਼ਿਕਾਇਤ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਨਿਪਟਾਰਾ ਕੀਤਾ ਜਾਵੇਗਾ ਔਰ ਇਸ ਦੇ ਨਾਲ ਕੀ ਰੀਅਲ ਏਸਟੇਟ ਦੇ ਡਿਵੈਲਪਰਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਜਾਂ ਜਿਹੜੇ ਪੈਂਡਿੰਗ ਕੰਮ ਨੇ ਉਹਨਾਂ ਦੇ ਵਾਸਤੇ ਕੈਂਪ ਲਗਾਏ ਗਏ ਨੇ ਖੁਦ ਸੀਐਮ ਮਾਨ ਜੁੜਿਆ ਉਹਨਾਂ ਕੈਂਪਾਂ ਦੇ ਵਿੱਚ ਮੌਜੂਦ ਹੋਣਗੇ ਔਰ ਉਹਨਾਂ ਦੇ ਕੰਮਾਂ ਦਾ ਨਿਪਟਾਰਾ ਕੀਤਾ ਜਾਵੇਗਾ ਤਾਂ ਪਹਿਲਾ ਕੈਂਪ ਖੀਵ 16 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ ਦੁਪਹਿਰ 3 ਵਜੇ ਪੰਜਾਬ ਚੰਡੀਗੜ੍ਹ ਦੇ ਵਿੱਚ ਇਹ ਕੈਂਪ